ਨਾਭਾ ਦੀ ਸਬ ਤਹਿਸੀਲ ਭਾਦਸੋ ਵਿਖੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਸਾਈਕਲ ਦੀ ਦੁਕਾਨ ਦੇ ਵਿੱਚ ਹਵਾ ਦੇ ਕੰਪਰੈਸ਼ਰ ਦੇ ਵਿੱਚ ਅਚਾਨਕ ਬਲਾਸਟ ਹੋ ਗਿਆ ਅਤੇ ਦੁਕਾਨ ਦੇ ਮਾਲਕ ਸੁਰਾਜ ਖਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਾਭਾ ਹਲਕੇ ਵਿੱਚ 10 ਦਿਨ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ। ਇਹ ਜੀ ਪੈਂਚਰਾਂ ਦਾ ਕੰਮ ਕਰਦਾ ਸੀਗਾ ਜੀ ਮੁੰਡਾ ਜਿਹੜਾ ਸੁਰਾਜ ਖਾਨ, ਅਤੇ ਅਚਾਨਕ ਇਹਨਾਂ ਦੀ ਜਿਹੜੀ ਟੈਂਕੀ ਸੀਗੀ ਹਵਾ ਵਾਲੀ ਉਹਦਾ ਬਲਾਸਟ ਹੋ ਗਿਆ। ਇਹ ਕੋਲ ਖੜਾ ਸੀਗਾ ਅਤੇ ਉਹਦੇ ਨਾਲ ਇਹਦੀ ਮੌਤ ਹੋ ਗਈ। ਪਰਿਵਾਰ ਦੇ ਇਹਦੀ ਜਿਹੜੀ ਬੇਟੀ ਹੈ, ਬੇਟੀ ਦੀ ਮੈਰਿਜ ਹੋਈ ਵੀ ਹੈ ਅਤੇ ਬੇਟਾ ਇਹਦਾ 22 ਸਾਲ ਦਾ ਹੈ, ਅਤੇ ਅੱਜ ਤੋਂ 7-8 ਸਾਲ ਪਹਿਲਾਂ ਤਕਰੀਬਨ ਇਹਦੇ ਘਰ ਵਾਲੀ ਦੀ ਡੈਥ ਹੋ ਗਈ ਸੀਗੀ ਜੀ। ਬਿਲਕੁਲ ਹੋ ਸਕਦਾ ਸੀਗਾ ਜੀ ਬਚਾਉ ਰਹਿ ਗਿਆ। ਤਕਰੀਬਨ ਜਿਹੜਾ ਇਹਦਾ ਦੂਜਾ ਭਰਾ ਸੀ ਨਾਲ ਇਹਦੇ, ਉਹ ਬਾਹਰ ਟਾਇਰਾਂ ਕੋਲ ਸੀਗਾ ਅਤੇ ਇਹ ਅੰਦਰ ਇਹਦੀ ਸੁੱਚ ਕੱਟਣ ਗਿਆ ਸੀਗਾ। ਅੱਜ ਜਿਹੜਾ ਇਹ ਬੜੀ ਦੁਖਦਾਈ ਘਟਨਾ ਹੋਈ ਆ ਦਾਣਾ ਮੰਡੀ ਜ਼ਿੰਦਗੀ ਪਾਸੋਂ, ਇਹ ਸੁਰਾਜ ਖਾਨਾ ਦਾ ਬੰਦਾ ਜਿਹੜਾ ਇੱਥੇ ਟਾਇਰ ਪੈਂਚਰਾਂ ਦੇ ਕੰਮ ਕਰਦਾ ਸੀਗਾ। ਅੱਜ ਉਹ ਟਾਇਰ ਪੈਂਚਰ ਵੀ ਲਾ ਰਿਹਾ ਸੀ, ਨਾਲ ਨਾਲ ਉਹ ਜਿਹੜੀ ਟੈਂਕੀ ਆ ਭਰ ਰਹੀ ਸੀਗੀ ਗੈਸ ਨਾਲ, ਉਹ ਓਵਰ ਹੋ ਗਈ ਅਤੇ ਉਹਨੂੰ ਜਿਹੜਾ ਬਾਲ ਵਗੈਰਾ ਉਹਨੂੰ ਬੰਦ ਕਰਨ ਜਾਂ ਖੋਲ੍ਹਣ ਲੱਗਿਆ ਸੀ, ਇਹ ਇਨ ਬਿਟਵੀਨ ਹੀ ਉਹ ਜਿਹੜੀ ਓਵਰ ਹੋ ਚੁੱਕੀ ਸੀ ਉਹ ਬਲਾਸਟ ਹੋ ਗਈ। ਇਹਦੇ ਨਾਲ ਇਹ ਕਾਫੀ ਜ਼ਿਆਦਾ ਬੰਦਾ ਜ਼ਖਮੀ ਹੋ ਗਿਆ ਸੀ। ਰਾਤ ਫਿਰ ਇਹਨੂੰ ਨਾਭੇ ਕੀਤਾ, ਉਹਦੇ ਰੰਗ ਦੀ ਉਹਦੀ ਪਤਾ ਲੱਗਿਆ ਵੀ ਉਹਦੀ ਡੈਥ ਹੋ ਚੁੱਕੀ। ਜੈਤਸਰੀ ਮਹੱਲਾ ਪੰਜਵਾਂ, ਸ਼ੰਤ ਘਰ ਪਹਿਲਾ।